ਲਗਾਤਾਰ ਪਏ ਮੀਂਹ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਦਰਿਆਵਾਂ ਦੇ ਖਤਰੇ ਦੀ ਘੰਟੀ ਵੱਜਣ ਲੱਗ ਗਈ ਹੈ ਤੇ ਲੋਕ ਸਹਿਮੇ ਹੋਏ ਨੇ ਕਿਉਂਕਿ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਚੜ ਆਇਆ ਹੈ। ਤਸਵੀਰਾਂ ਘੱਗਰ ਦੀਆਂ ਨੇ ਜਿੱਥੇ ਘੱਗਰ ਦੇ ਵਿੱਚ ਵੀ ਪਾਣੀ ਵੱਧਦਾ ਜਾ ਰਿਹਾ ਹੈ ਤੇ ਹੁਣ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਫੁੱਟ ਹੀ ਹੇਠਾਂ ਰਹਿ ਗਿਆ ਹੈ। ਇਹ ਉਹੀ ਘੱਗਰ ਖਨੌਰੀ ਹੈ ਜਿੱਥੇ ਪਿਛਲੇ ਸਾਲ ਵੀ ਬੰਨ ਟੁੱਟਿਆ ਸੀ ਤੇ 15 ਪਿੰਡ ਪਾਣੀ ਚ ਡੁੱਬ ਗਏ ਸਨ। ਲੋਕ ਘਰਾਂ ਦੀਆਂ ਛੱਤਾਂ ਤੇ ਚੜ ਕੇ ਜਾਨ ਬਚਾ ਰਹੇ ਸਨ। ਅਜਿਹਾ ਦੁਬਾਰਾ ਨਾ ਹੋਏ ਇਸ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਤਾਂ ਕੀਤੇ ਜਾ ਰਹੇ ਨੇ, ਜਿੱਥੇ ਬੰਨ ਮਜ਼ਬੂਤ ਕੀਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਇੱਥੇ ਕੰਢਿਆਂ ਦੇ ਉੱਤੇ ਮਿੱਟੀ ਦੀਆਂ ਬੋਰੀਆਂ ਭਰ ਭਰ ਕੇ ਰੱਖੀਆਂ ਗਈਆਂ ਨੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 48 ਘੰਟਿਆਂ ਦੇ ਵਿੱਚ ਘੱਗਰ ਦਾ ਪਾਣੀ 15 ਫੁੱਟ ਤੱਕ ਵੱਧ ਗਿਆ ਹੈ, ਜਿਸ ਕਰਕੇ ਲੋਕ ਵੀ ਸਹਿਮੇ ਹੋਏ ਨੇ ਤੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਖਤਰਾ ਪੰਜਾਬ ਦੇ ਵਿੱਚ ਮੰਡਰਾ ਰਿਹਾ ਹੈ। ਪਾਣੀ ਜਿਹੜਾ ਆ ਵੱਧਦਾ ਜਾ ਰਿਹਾ ਦਰਿਆਵਾਂ ਦੇ ਵਿੱਚ, ਜਿਸ ਕਰਕੇ ਹੁਣ ਲੋਕ ਖਾਸ ਤੌਰ ਤੇ ਜੋ ਇਹਨਾਂ ਦਰਿਆਵਾਂ ਦੇ ਕੰਢਿਆਂ ਤੇ ਵਸੇ ਹੋਏ ਪਿੰਡ ਨੇ, ਲੋਕ ਸਹਿਮੇ ਹੋਏ ਨੇ ਤੇ ਪਿੰਡਾਂ ਦੇ ਵਿੱਚ ਵੀ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ। ਪਿਛਲੇ ਸਾਲ ਵਰਗੇ ਹਾਲਾਤ ਨਾ ਬਣਨ, ਇਸੇ ਲਈ ਇੱਥੇ ਪ੍ਰਸ਼ਾਸਨ ਹੁਣ ਪਹਿਲਾਂ ਹੀ ਬੰਨ ਮਜ਼ਬੂਤ ਕਰਨ 'ਚ ਜੁਟਿਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ 'ਚ ਮਿੱਟੀ ਦੇ ਬੋਰੀਆਂ ਜਿਹੜੀਆਂ ਨੇ ਭਰ ਕੇ ਰੱਖੀਆਂ ਗਈਆਂ ਨੇ ਕੰਢਿਆਂ ਤੇ, ਤਾਂ ਜੋ ਕੋਈ ਵੀ ਬੰਨ ਤੇ ਪਾੜ ਪਵੇ ਤਾਂ ਉਸਨੂੰ ਉਸੇ ਵੇਲੇ ਪੂਰਿਆ ਜਾ ਸਕੇ, ਜ਼ਿਆਦਾ ਨੁਕਸਾਨ ਨਾ ਹੋਵੇ। ਪਰ ਇਹ ਤਸਵੀਰਾਂ ਡਰਾ ਜ਼ਰੂਰ ਰਹੀਆਂ ਨੇ। ਘੱਗਰ ਦੇ ਵਿੱਚ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਜੇਕਰ ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਹੋ ਰਹੀ ਹੈ, ਇਸੇ ਦੇ ਚੱਲਦਿਆਂ ਇਹ ਪਾਣੀ ਹੋਰ ਵੀ ਵੱਧ ਸਕਦਾ ਆ। ਜੋ 4 ਫੁੱਟ ਦੀ ਦੂਰੀ ਰਹਿ ਗਈ ਹੈ ਉਹ ਕਦੀ ਵੀ ਪੂਰੀ ਹੋ ਸਕਦੀ ਹੈ ਤੇ ਇੱਥੇ ਵੱਡਾ ਨੁਕਸਾਨ ਹੋ ਸਕਦਾ, ਜਿਸ ਲਈ ਪ੍ਰਸ਼ਾਸਨ ਪੱਬਾ ਭਾਰ ਹੈ। ਨਾਲ ਹੀ ਇੱਥੇ ਲੋਕਾਂ ਨੂੰ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਦਰਿਆਵਾਂ ਦੇ ਕੰਢੇ, ਨਦੀਆਂ ਦੇ, ਨਹਿਰਾਂ ਦੇ ਕੰਢੇ ਤੇ ਨਾ ਜਾਇਆ ਜਾਏ, ਪਾਣੀ ਤੋਂ ਦੂਰੀ ਬਣਾ ਕੇ ਰੱਖੀ ਜਾਏ। ਲਗਾਤਾਰ ਪਏ ਮੀਂਹ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਦਰਿਆਵਾਂ ਦੇ ਖਤਰੇ ਦੀ ਘੰਟੀ ਵੱਜਣ ਲੱਗ ਗਈ ਹੈ ਤੇ ਲੋਕ ਸਹਿਮੇ ਹੋਏ ਨੇ ਕਿਉਂਕਿ ਨਹਿਰਾਂ ਦੇ ਵਿੱਚ, ਦਰਿਆਵਾਂ ਦੇ ਵਿੱਚ ਪਾਣੀ ਚੜ ਆਇਆ ਹੈ। ਤਸਵੀਰਾਂ ਘੱਗਰ ਦੀਆਂ ਨੇ ਜਿੱਥੇ ਘੱਗਰ ਦੇ ਵਿੱਚ ਵੀ ਪਾਣੀ ਵੱਧਦਾ ਜਾ ਰਿਹਾ ਹੈ ਤੇ ਹੁਣ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਫੁੱਟ ਹੀ ਹੇਠਾਂ ਰਹਿ ਗਿਆ ਹੈ। ਇਹ ਉਹੀ ਘੱਗਰ ਖਨੌਰੀ ਹੈ ਜਿੱਥੇ ਪਿਛਲੇ ਸਾਲ ਵੀ ਬੰਨ ਟੁੱਟਿਆ ਸੀ ਤੇ 15 ਪਿੰਡ ਪਾਣੀ 'ਚ ਡੁੱਬ ਗਏ ਸਨ। ਲੋਕ ਘਰਾਂ ਦੀਆਂ ਛੱਤਾਂ ਤੇ ਚੜ ਕੇ ਜਾਨ ਬਚਾ ਰਹੇ ਸਨ। ਅਜਿਹਾ ਦੁਬਾਰਾ ਨਾ ਹੋਏ ਇਸ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਤਾਂ ਕੀਤੇ ਜਾ ਰਹੇ ਨੇ, ਜਿੱਥੇ ਬੰਨ ਮਜ਼ਬੂਤ ਕੀਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਇੱਥੇ ਕੰਢਿਆਂ ਦੇ ਉੱਤੇ ਮਿੱਟੀ ਦੀਆਂ ਬੋਰੀਆਂ ਭਰ ਭਰ ਕੇ ਰੱਖੀਆਂ ਗਈਆਂ ਨੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 48 ਘੰਟਿਆਂ ਦੇ ਵਿੱਚ ਘੱਗਰ ਦਾ ਪਾਣੀ 15 ਫੁੱਟ ਤੱਕ ਵੱਧ ਗਿਆ ਹੈ, ਜਿਸ ਕਰਕੇ ਲੋਕ ਵੀ ਸਹਿਮੇ ਹੋਏ ਨੇ ਤੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਖਤਰਾ ਪੰਜਾਬ ਦੇ ਵਿੱਚ ਮੰਡਰਾ ਰਿਹਾ ਹੈ। ਪਾਣੀ ਜਿਹੜਾ ਆ ਵੱਧਦਾ ਜਾ ਰਿਹਾ ਦਰਿਆਵਾਂ ਦੇ ਵਿੱਚ, ਜਿਸ ਕਰਕੇ ਹੁਣ ਲੋਕ ਖਾਸ ਤੌਰ ਤੇ ਜੋ ਇਹਨਾਂ ਦਰਿਆਵਾਂ ਦੇ ਕੰਢਿਆਂ ਤੇ ਵਸੇ ਹੋਏ ਪਿੰਡ ਨੇ, ਲੋਕ ਸਹਿਮੇ ਹੋਏ ਨੇ ਤੇ ਪਿੰਡਾਂ ਦੇ ਵਿੱਚ ਵੀ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ। ਪਿਛਲੇ ਸਾਲ ਵਰਗੇ ਹਾਲਾਤ ਨਾ ਬਣਨ, ਇਸੇ ਲਈ ਇੱਥੇ ਪ੍ਰਸ਼ਾਸਨ ਹੁਣ ਪਹਿਲਾਂ ਹੀ ਬੰਨ ਮਜ਼ਬੂਤ ਕਰਨ 'ਚ ਜੁਟਿਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ 'ਚ ਮਿੱਟੀ ਦੇ ਬੋਰੀਆਂ ਜਿਹੜੀਆਂ ਨੇ ਭਰ ਕੇ ਰੱਖੀਆਂ ਗਈਆਂ ਨੇ ਕੰਢਿਆਂ ਤੇ, ਤਾਂ ਜੋ ਕੋਈ ਵੀ ਬੰਨ ਤੇ ਪਾੜ ਪਵੇ ਤਾਂ ਉਸਨੂੰ ਉਸੇ ਵੇਲੇ ਪੂਰਿਆ ਜਾ ਸਕੇ, ਜ਼ਿਆਦਾ ਨੁਕਸਾਨ ਨਾ ਹੋਵੇ। ਪਰ ਇਹ ਤਸਵੀਰਾਂ ਡਰਾ ਜ਼ਰੂਰ ਰਹੀਆਂ ਨੇ। ਘੱਗਰ ਦੇ ਵਿੱਚ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਜੇਕਰ ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਹੋ ਰਹੀ ਹੈ, ਇਸੇ ਦੇ ਚੱਲਦਿਆਂ ਇਹ ਪਾਣੀ ਹੋਰ ਵੀ ਵੱਧ ਸਕਦਾ ਆ। ਜੋ 4 ਫੁੱਟ ਦੀ ਦੂਰੀ ਰਹਿ ਗਈ ਹੈ ਉਹ ਕਦੀ ਵੀ ਪੂਰੀ ਹੋ ਸਕਦੀ ਹੈ ਤੇ ਇੱਥੇ ਵੱਡਾ ਨੁਕਸਾਨ ਹੋ ਸਕਦਾ, ਜਿਸ ਲਈ ਪ੍ਰਸ਼ਾਸਨ ਪੱਬਾ ਭਾਰ ਹੈ।
ਨਾਲ ਹੀ ਇੱਥੇ ਲੋਕਾਂ ਨੂੰ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਦਰਿਆਵਾਂ ਦੇ ਕੰਢੇ, ਨਦੀਆਂ ਦੇ, ਨਹਿਰਾਂ ਦੇ ਕੰਢੇ ਤੇ ਨਾ ਜਾਇਆ ਜਾਏ, ਪਾਣੀ ਤੋਂ ਦੂਰੀ ਬਣਾ ਕੇ ਰੱਖੀ ਜਾਏ।